ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਉਮੀਦ ਹੈ ਸਾਰੇ ਠੀਕ ਹੀ ਹੋਵੋਗੇ ਅੱਜ ਮੈਂ ਤੁਹਾਨੂੰ ਦਿਖਾਉਣਾ ਜੀ ਅਸੀਂ ਜਿਹੜਾ ਪੱਖਾ ਬਣਾਇਆ ਹੈਗਾ ਤੂੜੀ ਅੰਦਰ ਕਰਨ ਵਾਲਾ ਅਤੇ ਪਹਿਲਾਂ ਅਸੀਂ ਜਿਹੜੀ ਹੈ ਵੀ ਆ ਸ਼ੈੱਡ ਰਾਹੀਂ ਅਸੀਂ ਪਾਉਂਦੇ ਹੁੰਦੇ ਸੀ ਤੂੜੀ ਅਤੇ ਇੱਥੇ ਕਈ ਢਿੱਗ ਲੱਗ ਜਾਂਦੇ ਸੀਗੇ ਵੀ ਟਰਾਲੀਆਂ ਇੱਥੇ ਬਾਹਰ ਲਾਉਣੀਆਂ ਪੈਂਦੀਆਂ ਸੀ ਪਹਿਲਾਂ ਫਿਰ ਅਸੀਂ ਲੇਬਰ ਬੁਲਾ ਕੇ ਫਿਰ ਅੰਦਰ ਕਰਦੇ ਸੀ ਪਰ ਹੁਣ ਅਸੀਂ ਪੱਖਾ ਬਣਵਾ ਲਿਆ ਇਸ ਟਾਈਮ ਅਤੇ ਅਸੀਂ ਆ ਜਿਹੜਾ ਕੰਧ ਦੇ ਵਿੱਚ ਅਸੀਂ ਮੋਰਾ ਕੱਢ ਲਿਆ ਅਤੇ ਉੱਧਰ ਦੀ ਪਾਈਪ ਵਿੱਚ ਕਰਤੀ ਅਤੇ ਸ਼ੈੱਡ ਨੂੰ ਕਰਤਾ ਬੰਦ ਅਤੇ ਹੁਣ ਜਿਹੜੀ ਹੈ ਤੂੜੀ ਹੈ ਅੰਦਰ ਇਸ ਤਰ੍ਹਾਂ ਹੋ ਜੂਗੀ ਅਤੇ ਜਿਵੇਂ ਇੱਥੇ ਅਸੀਂ ਟਰਾਲੀ ਲਵਾਈ ਜਾਂਦੇ ਹਾਂ ਅਤੇ ਆ ਮੋਰੇ ਰਾਹੀਂ ਜਿਵੇਂ ਪਾਈ ਜਾਂਦੀ ਹੈ ਅਤੇ ਨਾਲ ਦੀ ਨਾਲ ਅੰਦਰ ਜਾਈ ਜਾਂਦੀ ਹੈ ਇਹਦੇ ਨਾਲ ਵੀ ਖਲਾਰਾ ਵੀ ਘੱਟ ਪੈਂਦਾ ਅਤੇ ਜਿਹੜਾ ਟਾਈਮ ਦੀ ਬੱਚਤ ਵੀ ਹੁੰਦੀ ਹੈ ਅਤੇ ਲੇਬਰ ਦੀ ਬੱਚਤ ਵੀ ਹੁੰਦੀ ਹੈ ਜਿਹੜੀ ਇਹ ਟਰਾਲੀ ਹੈ 5-7 ਮਿੰਟਾਂ ਦੇ ਵਿੱਚ ਜਿਹੜੀ ਅੰਦਰ ਪੈ ਜਾਂਦੀ ਹੈ ਕਮਰੇ 'ਚ ਅਤੇ ਇਹ ਬਹੁਤ ਵਧੀਆ ਚੀਜ਼ ਹੈ ਇੱਕ ਵਾਰੀ ਚਲੋ ਇਸ 'ਤੇ ਖਰਚਾ ਆਉਂਦਾ ਹੈਗਾ 40,000 ਰੁਪਏ ਤੋਂ ਮੇਰੇ ਇਹਦੇ 'ਚ ਲੱਗ ਗਿਆ ਇੱਕ ਵਾਰੀ ਆਉਂਦਾ ਪਰ ਫਿਰ ਵਧੀਆ ਚਲੋ ਮੌਜ ਬਣ ਜਾਂਦੀ ਹੈ ਇਸ ਚੀਜ਼ ਦੀ ਅਤੇ ਬਾਕੀ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਜਦੋਂ ਟਰਾਲੀ ਹੁਣ ਬਸ ਆਉਣ ਵਾਲੀ ਹੈ ਫਿਰ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਅੰਦਰ ਵੀ ਤੂੜੀ ਹੁੰਦੀ ਹੈ ਇੱਕ ਟਰੈਕਟਰ 'ਤੇ ਅਸੀਂ ਜੋ ਪੱਖਾ ਲਾਇਆ ਹੋਇਆ ਇੱਕ ਟਰੈਕਟਰ ਨਾਲ ਤੂੜੀ ਢੋ ਰਹੇ ਹਾਂ ਅਤੇ ਇਹ ਸਾਡਾ ਕੋਠਾ ਇੱਥੋਂ ਲੈ ਕੇ ਉੱਥੋਂ ਤੱਕ ਹੈ ਲਾਸਟ ਤੱਕ ਪੈਂਦਾ ਇਹਦੇ ਵਿੱਚ ਪੈ ਜਾਣੀਆਂ 30 ਟਰਾਲੀਆਂ ਤਾਂ ਆਰਾਮ ਨਾਲ ਹੀ ਪੈ ਜਾਣਗੀਆਂ ਇੱਥੇ ਅਸੀਂ ਇੱਕ ਉੱਥੇ ਅਸੀਂ ਮੋਰਾ ਮਾਰ ਲਿਆ ਇੱਕ ਅਸੀਂ ਇੱਥੇ ਮੋਰਾ ਦੋ ਮੋਰੇ ਮਾਰ ਲਿਆ ਇੱਕ ਵਾਰੀ ਉੱਥੋਂ ਜੇ ਕਿਉਂਕਿ ਵਿਚਾਲੇ ਕੰਧ ਹੈ ਨਾ ਅਤੇ ਇਸ ਲਈ ਪਹਿਲਾਂ ਉਹ ਕੋਠਾ ਭਰ ਜੂਗਾ ਬਾਅਦ 'ਚ ਅਸੀਂ ਆਹ ਵਾਲਾ ਕੋਠਾ ਭਰ ਲਾਂਗੇ ਸੋ ਫਿਰ ਅਸੀਂ ਟਰਾਲੀ ਆਉਣ ਵਾਲੀ ਹੈ ਫਿਰ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਜਿਵੇਂ ਤੂੜੀ ਕਿਵੇਂ ਪਾਉਂਦੇ ਆ